ਆਲਟੋ ਨਿਊਜ਼ ਚੈਨਲ ਵਿੱਚ ਤੁਹਾਡਾ ਸਵਾਗਤ। ਸਸਪੈਂਡ ਨੌਜਵਾਨ ਪੁਲਿਸ ਮੁਲਾਜ਼ਮ ਦੀ ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ, ਇਹ ਰਿਪੋਰਟ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ। ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ, ਨਾਲ ਹੀ ਬੈਲ ਆਈਕਨ ਵੀ ਦਬਾ ਲਓ। ਬਟਾਲਾ ਦੇ ਗਾਂਧੀ ਕੈਂਪ ਦੇ ਵਿੱਚ ਉਸ ਵੇਲੇ ਮਾਹੌਲ ਗਮਗੀਨ ਨਜ਼ਰ ਆਇਆ ਜਦੋਂ ਕੈਂਪ ਦੇ ਰਹਿਣ ਵਾਲੇ ਸਾਹਿਲ ਕੁਮਾਰ, ਉਮਰ 25 ਸਾਲ, ਜੋ ਕਿ ਪੁਲਿਸ ਮਹਿਕਮੇ ਦੇ ਵਿੱਚੋਂ ਨਸ਼ੇ ਦੀ ਆਦਤ ਕਰਕੇ ਸਸਪੈਂਡ ਚੱਲ ਰਿਹਾ ਸੀ, ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਦੋ ਭੈਣਾਂ ਦਾ ਇਕਲੌਤਾ ਭਰਾ ਸੀ ਇਹ, ਤੇ ਪਿਤਾ ਵੀ ਪੁਲਿਸ ਮੁਲਾਜ਼ਮ ਹੀ ਸਨ, ਜਿਨ੍ਹਾਂ ਦੀ ਜਗ੍ਹਾ ਤੇ ਇਸ ਨੂੰ ਨੌਕਰੀ ਮਿਲੀ ਸੀ, ਤੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਉੱਥੇ ਹੀ ਮ੍ਰਿਤਕ ਨੌਜਵਾਨ ਦੀ ਭੈਣ ਅਤੇ ਮਾਮਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਸਾਹਿਲ ਕੁਮਾਰ ਨੂੰ ਉਸਦੇ ਪੁਲਿਸ ਮੁਲਾਜ਼ਮ ਪਿਤਾ ਦੀ ਮੌਤ ਤੋਂ ਬਾਅਦ ਪਿਤਾ ਦੀ ਜਗ੍ਹਾ ਉੱਤੇ ਪੁਲਿਸ ਮਹਿਕਮੇ ਦੇ ਵਿੱਚ ਸਿਪਾਹੀ ਦੇ ਤੌਰ ਤੇ ਉੱਤੇ ਨੌਕਰੀ ਮਿਲੀ ਸੀ, ਪਰ ਸਾਹਿਲ ਨੂੰ ਨਸ਼ੇ ਦੀ ਆਦਤ ਲੱਗਣ ਕਾਰਨ ਪੁਲਿਸ ਮਹਿਕਮੇ ਨੇ ਸਸਪੈਂਡ ਕਰ ਦਿੱਤਾ ਸੀ। ਪਰਿਵਾਰ ਨੇ ਬਹੁਤ ਕੋਸ਼ਿਸ਼ ਕੀਤੀ ਕਿ ਉਸ ਦੀ ਨਸ਼ੇ ਦੀ ਆਦਤ ਛੁੱਟ ਜਾਵੇ, ਪਰ ਸਭ ਕੁਝ ਵਿਅਰਥ ਹੀ ਗਿਆ। ਹੁਣ ਨਸ਼ੇ ਨੇ ਸਾਹਿਲ ਨੂੰ ਮੌਤ ਦੇ ਅਗੋਸ਼ ਦੇ ਵਿੱਚ ਗਹਿਰੀ ਨੀਂਦ ਦੇ ਵਿੱਚ ਸੁਲਾ ਦਿੱਤਾ ਹੈ। ਮਾਂ ਅਤੇ ਭੈਣਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਉੱਥੇ ਹੀ ਮੁਹੱਲਾ ਗਾਂਧੀ ਕੈਂਪ ਦੇ MC ਹੀਰਾ ਲਾਲ ਨੇ ਸਾਹਿਲ ਦੀ ਓਵਰਡੋਜ਼ ਨਾਲ ਹੋਈ ਮੌਤ ਬਾਰੇ ਦੱਸਦੇ ਹੋਏ ਕਿਹਾ ਕਿ ਗਾਂਧੀ ਕੈਂਪ ਦੇ ਵਿੱਚ ਨਸ਼ੇ ਕਾਰਨ ਪਹਿਲਾਂ ਵੀ 2 ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਤੇ ਇਹ ਬਹੁਤ ਹੀ ਦੁਖਦਾਈ ਹੈ। ਉਹਨਾਂ ਕਿਹਾ ਕਿ ਪੁਲਿਸ ਦੀਆਂ ਅੱਖਾਂ ਸਾਹਮਣੇ ਗਾਂਧੀ ਕੈਂਪ ਦੇ ਵਿੱਚ ਸ਼ਰੇਆਮ ਨਸ਼ਾ ਵੇਖਦਾ ਹੈ, ਪਰ ਪੁਲਿਸ ਪ੍ਰਸ਼ਾਸਨ ਕੁੰਭਕਰਨ ਦੀ ਨੀਂਦ ਸੁੱਤਾ ਹੋਇਆ ਹੈ। ਆਓ ਦੇਖਦੇ ਹਾਂ ਕਰਮਜੀਤ ਜਾਂਬਾ ਦੇ ਨਾਲ ਇਹ ਦੁਖਦਾਈ ਰਿਪੋਰਟ। ਮੇਰਾ ਨਾਮ ਜਸਵਿੰਦਰ ਆ, ਮੇਰਾ 5 ਲੱਗਦਾ ਜੀ। ਕਿੰਨੀ ਉਮਰ ਕੀ ਨਾਮ ਜੀ? ਇਹਦੀ ਉਮਰ ਹੋਣੀ ਤਕਰੀਬਨ 24 ਸਾਲ ਲੱਗ ਗਏ। ਕੋਈ ਕੰਮ ਕੀ ਕਰਦਾ ਸੀ? ਇਹ ਮੁਲਾਜ਼ਮ ਹੈ ਜੀ। ਹਾਂ, ਉਹਦਾ ਜੋ ਦੀ ਨੌਕਰੀ ਮਿਲੀ ਹੈ। ਇਹਦੀ ਆਪਣਾ ਨਸ਼ੇ ਕਰਕੇ ਨਸ਼ਾ ਕਰਦਾ, ਨਸ਼ਾ ਇਹਨੂੰ ਕਾਫੀ ਟਾਈਮ ਹੋ ਗਿਆ ਨਸ਼ਾ ਕਰਦੇ। ਇਹ ਓਵਰਡੋਜ਼ ਕਰਕੇ ਇਹਦਾ ਜ਼ਿਆਦਾ ਕੰਮ ਜ਼ਿਆਦਾ ਹੋਇਆ। ਕੱਲ੍ਹ ਕੀ ਹੋਇਆ? ਕੱਲ੍ਹ ਜੀ ਹਾਲੇ ਪਰਸੋਂ ਨਹਿਸਦਾ ਪਿੰਡ 'ਚ ਪਰਸੋਂ ਲਿਆਂਦਾ ਇਹਨੂੰ, ਅਤੇ ਕੱਲ੍ਹ ਇਹਨਾਂ ਨੇ ਜ਼ਿਆਦਾ ਓਵਰਡੋਜ਼ ਕਰ ਲਿਆ। ਸਾਹਿਲ ਕੁਮਾਰ ਹੋਰਾਂ ਨਾਲ 24-25 ਸਾਲਾਂ ਦਾ ਮੇਰਾ ਵੀਰ, ਉਹ ਕਾਫੀ ਸਾਹਿਬ ਨੂੰ ਸਮੈਕ ਲਾ ਰਹੇ ਸੀ। ਮੈਂ ਤੇ ਚੋਗ ਨੂੰ ਦਾਖਲ ਕਰਾਏ ਦਾ ਸੀ, ਪਰਸੋਂ ਲਿਆਂਦਾ, ਅੱਜ ਫਿਰ ਉਹਨੇ ਜਾਣਾ ਸੀ। ਰਾਤੀ ਪਤਾ ਨੀ ਉਹਨੂੰ ਕਿੰਨੇ ਨਸ਼ਾ ਕਰਾ ਹੜਿਆ, ਸਾਡਾ ਭਰਾ ਨੀਲਾ ਪੈ ਗਏ ਰਾਜੇ ਭਰਾ ਸਾਡੇ ਨੀ ਜੋ ਵੀ ਦੂਸਰੇ ਚ ਨਿਕਲੀ ਚਿੱਟਾ ਲਾਉਂਦਾ ਰਿਹਾ ਸੀ। ਉਹ ਅੱਜ ਬਹੁਤ ਹੀ ਮਾੜਾ ਕੰਮ ਹੋਇਆ। ਗਣੇਸ਼ ਉਹਨੂੰ ਮੁੰਡਾ ਸਾਹਿਲ ਸੀ, ਪਿਓ ਦਾ ਰਾਜ ਕੁਮਾਰ, ਇਹਦੇ ਪਿਓ ਦਾ ਜਿਹੜਾ ਪੁਲਿਸ ਮੁਲਾਜ਼ਮ ਸੀ ਅਤੇ ਮੁੰਡਾ ਵੀ ਪੁਲਿਸ ਮੁਲਾਜ਼ਮ ਸੀ, ਪਰ ਇਹ ਨਸ਼ਿਆਂ ਦੀ ਆਦਤ ਕਰਕੇ ਮੁੰਡੇ ਨੂੰ ਪੁਲਿਸ ਦੀ ਨੌਕਰੀ ਜਿਹੜੀ ਹੈ ਛੱਡਣੀ ਪਈ ਹੈ, ਨਹੀਂ ਕਰਾਇਆ। ਇਹ ਮੁੰਡਾ ਕੈਂਪ ਦੇ ਵਿੱਚ ਨਸ਼ਿਆਂ ਦੇ ਸੌਦਾਗਰਾਂ ਦੇ ਪੇਟ ਵਿੱਚ ਆ ਗਿਆ ਸੀ, ਜਿਹਨਾਂ ਉਹਨਾਂ ਨੇ ਬਹਿਣੀ ਕਹਿਣ ਤੋਂ ਬਹਿਣੀ ਬਹਿਣ ਕਰਕੇ ਇਹਨੇ ਨਸ਼ੇ ਦੇ ਨਾਲ ਆਪਣਾ ਸੰਬੰਧ ਜੋੜ ਲਿਆ ਸੀ। ਨਸ਼ਾ ਬਹੁਤ ਜ਼ਿਆਦਾ ਕਰਨ ਲੱਗ ਪਿਆ ਸੀ, ਪਿਓ ਇਹਦੇ ਦੀ ਡੈਥ ਹੋ ਚੁੱਕੀ ਅਤੇ ਮਾਂ ਆਪਣੀ ਦੇ ਨਾਲ ਆਪਣੇ ਮਾਂ ਦੇ ਨਾਲ ਦੋ ਭੈਣਾਂ ਨੇ ਭੈਣਾਂ ਦੇ ਨਾਲ ਰਹਿੰਦਾ ਸੀ। ਮੁੰਡਾ ਕੁਆੜਾ ਸੀ, ਬਹੁਤ ਮਾੜਾ ਕੰਮ ਹੋਇਆ ਮੁੰਡੇ ਦੇ ਨਸ਼ੇ ਦੀ ਪੇੜ ਕਰਕੇ ਆਣ ਕਰਕੇ। ਡਿਊਟੀ ਪੁਲਿਸ ਮੁਲਾਜ਼ਮ ਸੀ ਅਤੇ ਨਸ਼ੇ ਕਰਕੇ ਇਹਨੂੰ ਜਿਹੜਾ ਨੌਕਰੀ ਜਿਹੜੀ ਇਹਨੂੰ ਉਹਨਾਂ ਨੇ ਸਸਪੈਂਡ ਕਰਤਾ ਦਾ ਸੀ, ਡਿਸਮਿਸ ਕਰਤਾ ਸੀ ਨੌਕਰੀ ਕਰਕੇ। ਨਸ਼ਾ ਕੈਂਪ ਦੇ ਵਿੱਚ ਤਾਂ ਭਾਅ ਜੀ ਬਹੁਤ ਜ਼ਿਆਦਾ ਵਿਕ ਰਿਹਾ। ਅਸੀਂ ਅੱਗੇ ਵੀ 2 ਮੌਤਾਂ ਪਹਿਲਾਂ ਵੀ ਹੋ ਚੁੱਕੀਆਂ ਨਾ ਗਲਤ ਡੋਜ਼ ਕਰਕੇ, ਇਹਨੇ ਵੀ ਗਲਤ ਡੋਜ਼ ਕਰ ਨਸ਼ਾ ਨੇ ਗਲਤ ਡੋਜ਼ ਲਾਉਣ ਕਰਕੇ ਇਹਦੇ ਵੀ ਨਸ਼ਾ ਕਰਨ ਕਰਕੇ ਇਹਦੀ 2 ਮੌਤ ਹੋ ਗਈ ਆ। ਪਹਿਲਾਂ ਵੀ 2 ਮੌਤਾਂ ਹੋਈਆਂ ਸੀ। ਪੰਚ ਸਾਹਿਬ ਪੁਲਿਸ ਕਾਰਵਾਈ ਕਿਉਂ ਨਹੀਂ ਕਰਦੀ? ਇਨਫੋਰਮੇਸ਼ਨ ਨਹੀਂ ਪੁਲਿਸ ਨੂੰ, ਖੁਫੀਆ ਤੰਤਰ ਫੇਲ ਆ ਜਾਂ ਪੁਲਿਸ ਪ੍ਰਸ਼ਾਸਨ ਫੇਲ ਆ, ਕੀ ਕਹਿਣਾ ਚਾਹੁੰਦੇ? ਸਰ ਪੁਲਿਸ ਨੂੰ ਇਨਫੋਰਮੇਸ਼ਨ ਤਾਂ ਸਾਰੀ ਆ, ਪਰ ਪੁਲਿਸ ਦੇ ਮੁਲਾਜ਼ਮ ਮਿਲੀ ਭੁਗਤਣਾ ਸਾਰਾ ਕੰਮ ਹੋਣ ਰਿਹਾ, ਸਾਰਾ ਬੱਚਾ ਬੱਚਾ ਤੇ ਨਸ਼ਾ ਵੇਚਣ ਰਿਹਾ ਵਾ,
पुलिस कोई कार्रवाई नहीं करती। पुलिस जिन्ना जरा बंदा फड़ती है ना कर देंगे, जो मुलाजम पुलिस फड़ लें।